ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੌਂਤਰਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਦੋਸਤੋ, ਤੇ ਮੁਕਤਸਰ ਦੇ ਨੇੜੇ ਹੀ ਰਹਿ ਜਾਂਦਾ। ਇਸ ਘਰ ਚੋਂ ਦੂਜੀ ਵੀਡੀਓ ਹੈ। ਪਹਿਲਾਂ ਇੱਕ ਬੂਰੀ ਝੋਟੀ ਵੇਚੀ ਸੀ ਵੀਰ ਨੇ, ਤੇ ਉਦੋਂ ਉਹ ਵੀਡੀਓ ਸ਼ਾਇਦ ਚੈਨਲ ਦੇ ਉੱਤੇ ਪਈ ਹੋਊਗੀ, ਲਿੰਕ ਕੋਸ਼ਿਸ਼ ਕਰੂੰਗਾ ਜੇ ਮਿਲ ਗਿਆ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ। ਉਹਦੇ 'ਚ ਇੱਕ ਰਵਾ ਸੀ ਬਾਈ ਜੀ ਹੋਰਾਂ ਕੋਲ, ਬੂਰੀ ਮੱਝ ਸੀਗੀ ਘਰੇ, ਉਹਦੀ ਉਦੋਂ ਧੀ ਵੇਚੀ ਸੀਗੀ, ਜਾਣੀ ਉਸ ਬੂਰੀ ਮੱਝ ਦੀ ਝੋਟੀ ਪਹਿਲੇ ਸੂਏ ਸੂਣਾ ਸੀਗਾ, ਤੇ ਉਹ ਵੀਰ ਨੇ ਵੇਚੀ ਸੀ। ਉਦੋਂ ਉਸ ਰਵੇ ਬਾਰੇ ਗੱਲਾਂ ਬਾਤਾਂ ਹੋਈਆਂ ਸੀ ਵੀ ਪੁਰਾਣਾ ਤੁਰਿਆ ਆਉਂਦਾ ਰਵਾ ਤੇ ਠੰਡਾ ਸੀ। ਅੱਜ ਤੁਹਾਨੂੰ ਉਸੇ ਰਵੇ ਦੇ ਵਿੱਚੋਂ ਇੱਕ ਉਸੇ ਮੱਝ ਦਾ ਬੱਚਾ, ਉਸ ਵੀਡੀਓ 'ਚ ਵੀ ਸ਼ਾਇਦ ਇਹ ਦਿਖਾਇਆ ਸੀਗਾ, ਇਹ ਕੱਟਾ ਵੀ ਤੁਹਾਨੂੰ ਦਿਖਾਉਣਾ ਸ਼ੌਂਕ ਵਜੋਂ, ਵਿਕਾਊ ਨਹੀਂ ਗਾ ਵੈਸੇ ਦਿਖਾਉਣਾ। ਇੱਕ ਇਹ ਕੱਟੀ ਵਿਕਾਊ ਆ, ਤੇ ਇੱਕ ਤੋਕੜ ਗੱਭਣ ਗਾਂ, ਇਹ ਵੀ ਵਿਕਾਊ ਆ। ਕ੍ਰੋਸ ਬਰੀਡ 'ਚ ਜਿਹੜਾ ਵੀਰ ਗਾਂ ਖਰੀਦਣੀ ਚਾਹੁੰਦਾ ਉਹਨੂੰ ਇਹ ਪਸੰਦ ਆਊਗੀ, ਕਿਉਂਕਿ ਸੰਭੀ ਬਹੁਤ ਸੋਹਣੀ ਅਤੇ ਤੋਕੜ ਗੱਭਣ ਹੈ। ਸੋ ਇਹਦੇ ਬਾਰੇ ਵੀ ਆਪਾਂ ਡਿਟੇਲ ਪੁੱਛਾਂਗੇ, ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਦੋਸਤੋ। ਅਤੇ ਪਹਿਲਾਂ ਆਪਾਂ ਇਸ ਕੱਟੇ ਬਾਰੇ ਜਾਣਕਾਰੀ ਲੈਂਦੇ ਹਾਂ ਜੀ, ਕਿੰਨੀ ਕੁ ਉਮਰ ਹੋਗੀ ਅਤੇ ਕਿਹੜੇ ਸਾਨ ਦਾ ਬੱਚਾ ਬਾਈ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸੀ ਵੀਰਾ? ਜਸਕਰਨ ਸਿੰਘ ਹੈ ਜੀ। ਠੀਕ ਹੈ ਜਸਕਰਨ ਬਾਈ, ਦੂਜੀ ਵੀਡੀਓ ਬਣਾ ਰਹੇ ਹਾਂ ਮੇਰੇ ਖਿਆਲ 'ਚ, ਪਹਿਲਾਂ ਬੂਰੀ ਝੋਟੀ ਦੀ ਬਣਾਈ ਸੀ ਆਪਾਂ? ਹਾਂਜੀ ਬਾਈ ਜੀ। ਠੀਕ ਹੈ, ਅੱਛਾ ਉਹ ਵੈਸੇ ਵੇਚੀ ਸੀ ਆਪਾਂ, ਉਹ ਤੋਂ ਗੱਬਣ ਸੀਗੀ ਉਹਦੋਂ? ਹਾਂਜੀ ਗੱਬਣ ਵੇਚੀ ਸੀ, ਇਸੇ ਦੀ ਭੈਣ ਸੀ ਬਾਈ ਜੀ। ਇਸ ਕੱਟੇ ਦੀ ਭੈਣ ਸੀ? ਹਾਂ ਇਸੇ ਦੀ ਭੈਣ ਸੀ ਜੀ। ਠੀਕ ਹੈ, ਅੱਛਾ ਇਹਦੀ ਜਿਹੜੀ ਮਾਂ ਸੀ ਕੱਟੇ ਦੀ ਆਪਣੇ ਕੋਲ, ਉਹ ਹੁਣ ਇਸ ਟਾਈਮ ਹੈ ਨਹੀਂ ਘਰੇ ਮੇਰੇ ਖਿਆਲ 'ਚ? ਹਾਂਜੀ ਉਹਦੀ ਡੈਥ ਹੋ ਗਈ ਸੀ, ਮਾਂ ਦੀ ਇਹਦੀ ਡੈਥ ਹੋ ਗਈ ਸੀ। ਹਾਂਜੀ। ਠੀਕ ਹੈ, ਕਿੰਨਾ ਕੁ ਦੁੱਧ ਦਿੰਦੀ ਰਹੀ ਮੱਝ? ਦੁੱਧ ਬਾਈ ਜੀ ਉਹ 16 ਲੀਟਰ ਦਿੰਦੀ ਸੀਗੀ। 16 ਲੀਟਰ? ਹਾਂਜੀ। ਠੀਕ ਹੈ, ਅੱਛਾ ਇੱਕ ਖਾਸੀਅਤ ਹੋਰ, ਉਦੋਂ ਆਪਾਂ ਜੋ ਗੱਲਾਂ ਕਰਦੇ ਸੀ ਪਤਾ ਲੱਗਾ ਸੀ ਵੀ ਇੱਕ ਤਾਂ ਸੁਭਾਅ ਮੇਰੇ ਖਿਆਲ 'ਚ ਕਾਫੀ ਸ਼ਾਂਤ ਸੀ, ਬਹੁਤ ਜ਼ਿਆਦਾ ਸ਼ਾਂਤ ਸੁਭਾਅ ਦੇ ਸੀ ਇਹ ਰਵਾ ਜੀ। ਠੀਕ ਹੈ, ਤੇ ਦੁੱਧ ਵੀ ਇਹਦੀ ਮਾਂ ਦੀ ਫੈਂਟ ਸੀ ਜਿਹੜੀ, ਉਹ 10 ਫੈਂਟ ਆਉਂਦੀ ਸੀ। 10 ਫੈਂਟ ਆਉਂਦੀ ਸੀ ਸ਼ੁਰੂ ਤੋਂ? 10 ਫੈਂਟ ਆਉਂਦੀ ਸੀ। ਠੀਕ ਹੈ, ਅੱਛਾ ਹੁਣ ਫਿਰ ਉਸ ਰਵੇ ਜੋ ਇਕੱਲਾ ਕੱਟਾ ਹੀ ਰਹਿ ਗਿਆ ਆਪਣੇ? ਕੱਟਾ ਹੀ ਰਹਿ ਗਿਆ ਸੀ ਬਾਈ। ਜਿਹੜੀ ਇਹਦੀ ਭੈਣ ਆਪਾਂ ਉਦੋਂ ਵੇਚੀ ਸੀਗੀ, ਕਿੰਨਾ ਕੁ ਦੁੱਧ ਕਰ ਗਈ ਸੀ ਕੁਛ ਪਤਾ ਲੱਗਾ ਜਿਨ੍ਹਾਂ ਨੇ ਖਰੀਦੀ ਸੀ? ਉਹਦੇ ਬਾਰੇ ਨਹੀਂ ਆਪਾਂ ਪੁੱਛਿਆ ਬਾਈ ਜੀ ਮੁੜ ਕੇ। ਠੀਕ ਹੈ, ਪਤਾ ਦੁੱਧ ਕੀਤਾ? ਹਾਂਜੀ। ਠੀਕ ਹੈ, ਅੱਛਾ ਇਹਦੀ ਉਮਰ ਕੱਟੇ ਦੀ ਕਿੰਨੀ ਹੋ ਗਈ? ਇਹਦੀ 14 ਮਹੀਨੇ ਦੀ ਉਮਰ ਹੈ ਜੀ। 14 ਮਹੀਨੇ? ਇਹ ਕਿਹੜੇ ਸਾਲ ਦਾ ਬੱਚਾ ਹੈ? ਇਹ ਲੋਰੀ ਦਾ ਜੀ। ਲੋਰੀ ਦਾ ਵੇਚਣਾ ਹੈ ਜਾਂ ਨਹੀਂ? ਨਹੀਂ ਵੇਚਦੇ ਨਹੀਂ ਹਜੇ, ਠਹਿਰ ਕੇ ਵੇਚਾਂਗੇ ਪੂਰਾ ਤਿਆਰ ਕਰਕੇ। ਪੂਰਾ ਤਿਆਰ ਕਰਕੇ? ਹਾਂਜੀ। ਖੋਲੀ ਮੜਾ ਜਾਨੂ ਦੋਸਤੋ, ਲੋਰੀ ਦਾ ਬੱਚਾ ਹੈ, ਚਾਰੇ ਪੈਰਾਂ ਤੇ ਵਾਈਟ ਨਿਸ਼ਾਨ, ਮੱਥੇ ਦੇ ਉੱਤੇ ਟੇਢਾ ਕੱਟ, ਜਦੋਂ ਮੁੜੂਗਾ ਉਦੋਂ ਤੁਹਾਨੂੰ ਦਿਖਾਊਂਗਾ। ਇਹ ਉਸ ਵੀਡੀਓ ਦੇ ਵਿੱਚ ਉਦੋਂ ਮੱਝ ਉਹ ਸੂਈ ਵੀ ਸੀਗੀ ਦੋਸਤੋ, ਇਹ ਬੱਚਾ ਸੀਗਾ ਉਦੋਂ ਨਾਲ ਉਸੇ ਮੱਝ ਦਾ, ਵੀਡੀਓ ਪਈ ਹੈ ਚੈਨਲ ਤੇ, ਤੁਸੀਂ ਦੇਖ ਵੀ ਸਕੋਗੇ। ਬਹੁਤ ਸੋਹਣਾ ਕੱਟਾ ਤੁਸੀਂ ਦੇਖ ਰਹੇ ਹੋ ਦੋਸਤੋ, ਲੋਰੀ ਸਾਨ ਦਾ ਬੱਚਾ ਹੈ, ਤੇ ਇਹਦੀ ਮਾਂ ਦੀ ਅਚਾਨਕ ਜਿਹੜੀ ਉਹ ਡੈਥ ਹੋ ਗਈ ਸੀਗੀ, ਜਿਹਦੇ ਕਰਕੇ ਉਹਨਾਂ ਦੁੱਧ ਵੀਰ ਦੱਸਦੇ ਆ ਵੀ ਇਹਨੂੰ ਮਿਲਿਆ ਨਹੀਂ ਗਾ ਜਿੰਨਾ ਟਾਈਮ ਇਹਨੂੰ ਪਿਆਉਣਾ ਸੀ, ਪਿਆ ਨਹੀਂ ਸਕੇ ਕਿਉਂਕਿ ਇਹਦੀ ਮਾਂ ਦੀ ਡੈਥ ਹੋ ਗਈ ਸੀ, ਹਜੇ ਵੇਚਣਾ ਨਹੀਂ ਗਾ, ਸਿਰਫ ਸ਼ੌਂਕ ਵਜੋਂ ਹੀ ਤੁਹਾਨੂੰ ਦਿਖਾਇਆ, ਕਿਉਂਕਿ ਬਿਊਟੀ ਦੇ ਵਿੱਚ ਬਹੁਤ ਸੋਹਣਾ, ਅੱਖਾਂ ਦੇਖੋਗੇ ਬਹੁਤ ਸੋਹਣੀਆਂ, ਟੇਢਾ ਕੱਟ ਆ ਦੋਸਤੋ ਤੇ ਸਿੰਗ ਵੀ ਕੁੰਡੇ ਕਰ ਜੂਗਾ, ਸੋ ਇਹ ਸ਼ੌਂਕ ਵਜੋਂ ਰੱਖਿਆ ਹੋਇਆ ਬੁਰਾ ਕੱਟਾ, ਪੁਰਾਣਾ ਰਵਾ ਬਾਈ ਜੀ ਹੋਰਾਂ ਕੋਲ ਘਰ ਦਾ ਸੀਗਾ। ਜਿਹੜੀ ਇਹ ਕੱਟੀ ਵੇਚਣੀ ਹੈ ਬਾਈ ਮੀਨੀ, ਦੋਨੇ ਸਿੰਗ ਹਿਲਦੇ ਇਹਦੇ? ਹਾਂਜੀ ਹਿਲਦੇ ਦੋਨੇ ਸਿੰਗ। ਕਿੰਨੀ ਕੁ ਉਮਰ ਹੋਊਗੀ ਬਾਈ ਅੰਦਾਜ਼ਾ ਇਹਦੀ? ਇਹਦੀ ਉਮਰ ਜੀ ਬਸ 1.5 ਸਾਲ ਮੰਨ ਲਓ ਜੀ। 1.5 ਸਾਲ ਹੋਊਗੀ? ਹਾਂਜੀ। ਖਰੀਦੀ ਆਪਣੀ ਜਾਂ ਕਰਦੀ ਹੈ? ਨਹੀਂ ਇਹ ਖਰੀਦੀ ਹੈ। ਠੀਕ ਹੈ, ਇਹਦਾ ਰੇਟ ਕੀ ਰੱਖਿਆ? ਇਹਦਾ ਰੇਟ 16,000 ਰੁਪਈਆ ਜੀ। 16,000? ਖੋਲੀ ਮੜਾ ਤੋਰ ਕੇ ਦਿਖਾ ਦਈਏ ਦੋਸਤੋ, ਕੱਦ ਬਾਲਾ ਵੱਡਾ ਨਹੀਂ ਕਰਦੀ, ਦਰਮਿਆਨੀ ਮੱਝ ਬਣੂਗੀ, 1.5 ਸਾਲ ਉਮਰ ਆ ਤੇ 16,000 ਰੇਟ ਹੈ, ਮੀਣੀ ਹੈ, ਪੈਰ ਇਹਦੇ ਵੀ ਪਿਛਲੇ ਵਾਈਟ, ਅੱਖ ਵੀ ਜਿਹੜੀ ਨੀਲੀ ਵਾਲੀ ਹੈ, ਮੱਥਾ ਬੱਲਾ, ਸਟਰਕਚਰ ਤੁਹਾਡੇ ਸਾਹਮਣੇ ਹੈ, ਕੱਦ ਬਾਹਲਾ ਵੱਡਾ ਮੈਂ ਪਹਿਲਾਂ ਵੀ ਦੱਸਦਾ ਅਤੇ ਹੁਣ ਵੀ ਦੱਸ ਦਿੰਦਾ ਵੀ ਜੇ ਕੋਈ ਸੋਚੇ ਬਾਹਲੀ ਵੱਡੀ ਮੱਝ ਤਿਆਰ ਹੋਊਗੀ ਤਾਂ ਵੱਡੀ ਨਹੀਂ ਪਰ ਭਾਰੀ ਮੱਝ ਜ਼ਰੂਰ ਬਣੂ ਬੰਦੇ ਬਾਈ। 16,000 ਰੇਟ ਹੈ, ਜਿਹਨੂੰ ਪਸੰਦ ਆਵੇ ਦੋਸਤੋ ਇਹ ਕੱਟੀ ਤੁਸੀਂ ਖਰੀਦ ਸਕਦੇ ਹੋ। 1.5 ਸਾਲ ਅੰਦਾਜ਼ਾ ਇਹਦੀ ਉਮਰ ਹੈ, ਥਣ ਸੋਹਣੇ ਹੈ, ਚਾਰੇ ਨਿਖੜਵੇਂ ਹੈ, ਇੱਕ ਤੋਕੜ ਗੱਬਣ ਗਾਂ ਵੀ ਬਾਈ ਨੇ ਵੇਚਣੀ ਹੈ, ਗਾਂ 91 ਸੂਏ ਵਾਸਤੇ ਗੱਬਣਾ ਬਾਈ? ਬਾਈ ਜੀ ਤੀਜੇ ਵਾਸਤੇ, ਦੂਜੇ ਸੂਏ ਆਪਾਂ ਲਈ ਸੀ, ਖਰੀਦੀ ਸੀਗੀ। ਠੀਕ ਹੈ, ਤੇ ਆਪਣੀ ਵੀਡੀਓ ਤੇ ਖਰੀਦੀ ਸੀਗੀ। ਠੀਕ ਹੈ, ਕਿੰਨੇ ਚਿਰ ਦੀ ਗੱਬਣ ਹੋ ਗਈ ਹੁਣ? ਇਹ 7 ਮਹੀਨਿਆਂ ਦੀ ਗੱਬਣ ਆਈ, ਕੁਛ ਦਿਨ ਉੱਤੇ ਹੀ ਆ ਥੋੜੀ। 7 ਦੀ ਡਰਾਈ ਕਰਤੀ? ਹਾਂ ਦੁੱਧੋਂ ਡਰਾਈ ਹੈ। ਕਿੰਨੇ ਕੁ ਦਿਨ ਹੋ ਗਏ ਛੱਡੀ? ਦੁੱਧੋਂ ਛੱਡੀ ਨੂੰ ਬਸ ਹਫ਼ਤਾ ਕੁ ਹੋਇਆ ਜੀ। ਕਿੰਨਾ ਕੁ ਦੁੱਧ ਪਿਆ ਗਈ ਸੀ ਤਾਜ਼ੀ ਸੂਈ? ਤਾਜ਼ੀ ਸੂਈ ਦੇ ਥੱਲੇ ਸੀਗਾ 15-16 ਲੀਟਰ ਦੁੱਧ। 15-16 ਲੀਟਰ? ਜਦੋਂ ਡਰਾਈ ਕੀਤੀ ਉਦੋਂ ਦੁੱਧ ਕਿੰਨਾ ਕੁ ਸੀਗਾ? ਉਦੋਂ ਸੀਗਾ 4 ਕਿਲੀਟਰ ਦੁੱਧ ਸੀਗਾ ਜੀ। 4 ਕਿਲੀਟਰ ਤੇ ਛੱਡਤੀ ਹੈ? ਹਾਂਜੀ ਛੱਡ। ਟੀਕੇ ਦਾ ਕੁਛ ਪਤਾ ਕਿਹੜਾ ਭਰਿਆ? ਟੀਕਾ ਇਹਦੇ ਗਿਰਦਾ ਲੱਗਿਆ ਜੀ। ਗਿਰਦਾ? ਹਾਂਜੀ। ਰੇਟ ਕੀ ਰੱਖਿਆ ਇਹਦਾ? ਰੇਟ ਇਹਦਾ 37,000। 37,000? ਹਾਂਜੀ। ਤੋਰ ਦੇ ਬਾਈ ਨੂੰ ਦੱਸੋ, ਸੋਹਣੀ ਗਾਂ, ਗਿਰ ਨਸਲ ਦਾ ਟੀਕਾ ਭਰਿਆ ਤੇ ਦੂਜੇ ਸੂਏ 15-16 ਕਿਲੋ ਦੁੱਧ ਪਾਇਆ, ਕ੍ਰੋਸ ਬਰੀਡ 'ਚ ਹੈ, ਪਸੰਦ ਤੁਹਾਨੂੰ ਆਊਗੀ।
ਚੰਗੀ ਰਹੂਗੀ ਗਾਂ, ਪਹਿਲੇ ਟੀਕੇ ਗੱਭਣ ਹੋਣ ਵਾਲੀਆਂ ਗਾਵਾਂ ਦੇ ਵਿੱਚੋਂ ਲੱਗਦੀ ਹੈ ਦੇਖਣ 'ਚ, ਢਾਂਚਾ ਵੀ ਸੋਹਣਾ, ਕਰੋਸ ਬਰੀਡ ਹੈ ਅਤੇ ਜਰਸੀ ਦਾ ਸੀਮਣੇ 'ਤੇ ਭਰਾਇਆ ਜਾ ਸਕਦਾ, ਪਰ ਵੀਰ ਨੂੰ ਸ਼ੌਂਕ ਗਿਰਦਾ ਸੀ ਉਹਦੇ ਕਰਕੇ ਇਹਦੇ ਗੈਰ ਨਸਲ ਦਾ ਸੀਮਣ ਲਵਾਤਾ। ਸਟਰਕਚਰ ਜਿਹੜਾ ਦੇਖਦੇ ਹਾਂ ਤਾਂ ਉਹ ਜਰਸੀ ਵਾਲੇ ਪੱਖ ਦਾ, ਹਾਲਾਂਕਿ ਕਰੋਸ ਹੈ ਪਰ ਤੁਸੀਂ ਇਹਦੇ ਜਰਸੀ ਦਾ ਸੀਮਣ ਲਵਾ ਸਕਦੇ ਹੋ। 7 ਮਹੀਨਿਆਂ ਤੋਂ ਉੱਤੇ ਹੋ ਗਈ ਦੋਸਤੋ ਗੱਭਣ, 2 ਕੁ ਮਹੀਨੇ ਹੀ ਇਹਦੇ ਇੱਕ ਹਿਸਾਬ ਨਾਲ ਰਹਿ ਗਏ ਆ ਸੂਣ ਦੇ ਵਿੱਚ। ਹਵਾਨਾ ਅੱਜ ਵੀ ਇਵੇਂ ਦਿਖਾਉਂਦੀ ਹੈ ਜਿਵੇਂ 2 ਕਿਲੋ ਦੁੱਧ ਹਵਾਨੇ ਦੇ ਵਿੱਚ ਹੋਵੇ, ਪਰ ਡਰਾਈ ਹਫ਼ਤਾ ਹੋ ਗਿਆ ਬਾਈ ਦੱਸਦਾ ਵੀ ਇਹਨੂੰ ਕਰਤਾ। ਸੋ ਦੱਸੋ ਸੋਹਣੀ ਸੰਭੀ ਵੀ ਗਾਂ ਤੁਸੀਂ ਦੇਖ ਰਹੇ ਹੋ, ਪਸੰਦ ਜਿਹਨੂੰ ਆਵੇ ਕਾਲ ਬਾਈ ਨੂੰ ਕਰਿਓ। 37,000 ਰੇਟ ਹੈ, ਮਾਣ ਤਾਣ ਮੌਕੇ 'ਤੇ ਹੋਊਗਾ, ਰੇਟ ਫਿਕਸ ਨਹੀਂ ਹੁੰਦਾ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। 2 ਨਾਗ ਵਿਕਰੀ ਵਾਲੇ ਸੀ, ਦੋਨੇ ਦਿਖਾ ਤੇ ਤੁਹਾਨੂੰ, ਕੱਟਾ ਸਿਰਫ ਸ਼ੌਂਕ ਵਜੋਂ ਦਿਖਾਇਆ। ਧੰਨਵਾਦ।